ਪੈਰਿਸ ਪੈਰਾ ਓਲੰਪਿਕ ਚ ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ। ਤੀਰ ਅੰਦਾਜ਼ੀ ਵਿੱਚ ਭਾਰਤ ਨੂੰ ਦਵਾਇਆ ਪਹਿਲਾ ਸੌਣ ਤਗਮਾ। ਭਾਰਤ ਦੇ ਪੈਰਾ ਤੀਰ ਅੰਦਾਜ਼ ਹਰਵਿੰਦਰ ਸਿੰਘ ਨੇ ਪੈਰਿਸ ਪੈਰਾ ਓਲੰਪਿਕ ਚ ਇਤਿਹਾਸ ਰਚ ਦਿੱਤਾ। ਹਰਵਿੰਦਰ ਨੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਇਵੈਂਟ ਵਿੱਚ ਸੌਣ ਤਗਮਾ ਜਿੱਤ ਕੇ ਵੱਡੀ ਪ੍ਰਾਪਤੀ ਦਰਜ ਕੀਤੀ ਹੈ। ਓਲੰਪਿਕ ਜਾਂ ਪੈਰਾ ਓਲੰਪਿਕ ਵਿੱਚ ਤੀਰ ਅੰਦਾਜ਼ੀ ਵਿੱਚ ਕਿਸੇ ਵੀ ਭਾਰਤੀ ਤੀਰ ਅੰਦਾਜ਼ ਦਾ ਇਹ ਪਹਿਲਾ ਸੌਣ ਤਗਮਾ ਹੈ। ਇਸ ਤਰ੍ਹਾਂ ਭਾਰਤ ਨੇ ਪੈਰਿਸ ਚ ਆਪਣੇ ਸੌਣ ਤਗਮਿਆਂ ਦੀ ਗਿਣਤੀ 4 ਤੇ ਪਹੁੰਚਾ ਦਿੱਤੀ ਹੈ, ਜਦਕਿ ਉਸਦੇ ਕੁੱਲ ਤਗਮਿਆਂ ਦੀ ਗਿਣਤੀ 22 ਹੋ ਗਈ ਹੈ। ਪੈਰਿਸ ਪੈਰਾ ਓਲੰਪਿਕ ਵਿੱਚ ਭਾਰਤ ਨੇ ਹੁਣ ਤੱਕ 4 ਸੋਨ, 8 ਚਾਂਦੀ ਅਤੇ 10 ਕਾਂਸੀ ਦੇ ਤਗਮੇ ਜਿੱਤੇ ਨੇ। ਹਰਵਿੰਦਰ ਨੇ ਫਾਈਨਲ ਦੇ ਵਿੱਚ ਪੋਲੈਂਡ ਦੇ ਲੋਕਾਸ ਸਿਜੇਕ ਨੂੰ 6-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਹਰਵਿੰਦਰ ਸਿੰਘ ਸੈਮੀਫਾਈਨਲ ਚ ਇਰਾਨ ਦੇ ਮੁਹੰਮਦ ਰੇਜ਼ਾ ਅਰਬ ਅਮੇਰੀ ਨੂੰ 7-3 ਨਾਲ ਹਰਾ ਕੇ ਫਾਈਨਲ ਚ ਪਹੁੰਚਣ ਵਾਲਾ ਪਹਿਲਾ ਭਾਰਤੀ ਤੀਰ ਅੰਦਾਜ਼ ਬਣਿਆ। ਇਸ ਤਰ੍ਹਾਂ ਉਸਨੇ ਪੈਰਾ ਓਲੰਪਿਕ ਚ ਆਪਣਾ ਲਗਾਤਾਰ ਦੂਜਾ ਤੀਰ ਅੰਦਾਜ਼ੀ ਤਗਮਾ ਪੱਕਾ ਕਰ ਲਿਆ। ਭਾਰਤ ਦੇ ਇਕਲੌਤੇ ਪੈਰਾ ਓਲੰਪਿਕ ਤਗਮਾ ਜੇਤੂ ਤੀਰ ਅੰਦਾਜ਼ ਹਰਵਿੰਦਰ ਨੇ ਸੈਮੀਫਾਈਨਲ ਚ ਪਹਿਲੇ ਸੈੱਟ ਚ ਪਛੜਨ ਤੋਂ ਬਾਅਦ ਵਾਪਸੀ ਕੀਤੀ ਅਤੇ ਆਪਣੇ ਇਰਾਨੀ ਵਿਰੋਧੀ ਨੂੰ 25-26, 27-27, 27-25, 26-24, 26-25 ਨਾਲ ਹਰਾਇਆ। ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਪੈਰਿਸ ਪੈਰਾ ਓਲੰਪਿਕ ਦੇ ਵਿੱਚ ਹਰਵਿੰਦਰ ਸਿੰਘ ਨੇ ਇਤਿਹਾਸ ਰਚ ਦਿੱਤਾ। ਤੀਰ ਅੰਦਾਜ਼ੀ ਦੇ ਵਿੱਚ ਭਾਰਤ ਨੂੰ ਪਹਿਲਾ ਸੋਨ ਤਗਮਾ ਦਵਾਇਆ।